ਤਾਂ ਪਿਛਲੇ ਮਹੀਨੇ ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਸੀ ਅਤੇ ਲੋਕਾਂ ਨੂੰ ਇਹ ਨੋਟ 30 ਸਤੰਬਰ ਤੱਕ ਬੈਂਕਾਂ ਦੇ ਵਿੱਚ ਜਮ੍ਹਾਂ ਕਰਨ ਦੇ ਲਈ ਕਿਹਾ ਸੀ। ਤਾਂ ਜੇਕਰ ਤੁਸੀਂ ਇਹਨਾਂ ਨੂੰ ਨੋਟਾਂ ਨੂੰ ਬਦਲਣ ਦੇ ਲਈ ਬੈਂਕ ਜਾਣ ਦੀ ਪਰੇਸ਼ਾਨੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇੱਕ ਵੱਡੀ ਖੁਸ਼ਖਬਰੀ ਹੈ। ਐਮਾਜ਼ਾਨ ਨੇ ਆਪਣੇ ਗਾਹਕਾਂ ਨੂੰ ਰਾਹਤ ਦੇਣ ਦੇ ਲਈ ਇੱਕ ਵਿਸ਼ੇਸ਼ ਸੇਵਾ ਸ਼ੁਰੂ ਕੀਤੀ ਹੈ। ਤਾਂ ਇਸ ਸੇਵਾ ਦੇ ਜ਼ਰੀਏ ਐਮਾਜ਼ਾਨ ਤੁਹਾਨੂੰ ਘਰ ਬੈਠੇ ਨੋਟ ਬਦਲਣ ਦਾ ਇੱਕ ਮੌਕਾ ਦੇ ਰਿਹਾ ਹੈ। ਇਸ ਸੰਬੰਧੀ ਬੁੱਧਵਾਰ ਨੂੰ ਐਮਾਜ਼ਾਨ ਦੇ ਵੱਲੋਂ ਐਲਾਨ ਕੀਤਾ ਗਿਆ ਹੈਗਾ ਕਿ ਐਮਾਜ਼ਾਨ ਪੇ ਦੇ ਲਈ ਕੈਸ਼ ਲੋਡ ਐਟ ਡੋਰ ਸਟੈਪ ਸੇਵਾ ਜਿਹੜੀ ਕੀ ਹੈ ਉਹ ਸ਼ੁਰੂ ਕੀਤੀ ਗਈ ਹੈ, ਜਿਸ ਦੇ ਰਾਹੀਂ ਐਮਾਜ਼ਾਨ ਦੇ ਗਾਹਕ ਘਰ ਬੈਠੇ ਹੀ 2000 ਰੁਪਏ ਦੇ ਨੋਟ ਬਦਲ ਸਕਦੇ ਨੇ। ਤਾਂ ਇਸ ਦੇ ਲਈ ਐਮਾਜ਼ਾਨ ਗਾਹਕ ਡਿਲੀਵਰੀ ਏਜੰਟ ਨੂੰ 2000 ਰੁਪਏ ਦਾ ਨੋਟ ਦੇਣਗੇ ਅਤੇ ਇਸ ਤੋਂ ਬਾਅਦ ਤੁਹਾਡੇ ਬਦਲੇ ਹੋਏ ਨੋਟ ਦਾ ਬੈਲੈਂਸ ਐਮਾਜ਼ਾਨ ਪੇ ਬੈਲੈਂਸ ਦੇ ਵਿੱਚ ਆ ਜਾਵੇਗਾ। ਤਾਂ ਐਮਾਜ਼ਾਨ ਨੇ ਕਿਹਾ ਕਿ ਉਹਨਾਂ ਦੇ ਗਾਹਕ ਨਕਦ ਦੁਆਰਾ ਭੁਗਤਾਨ ਲਈ ਦਿੱਤੇ ਗਏ ਆਰਡਰ ਦੀ ਡਿਲੀਵਰੀ ਏਜੰਟ ਨੂੰ 50,000 ਰੁਪਏ ਤੱਕ ਦੇ ਸਕਦੇ ਨੇ। 50,000 ਰੁਪਏ ਤੱਕ ਤੁਸੀਂ 2-2,000 ਦੇ ਤੁਸੀਂ ਨੋਟ ਦੇ ਸਕਦੇ ਹੋ। ਜਦੋਂ ਕਿ ਇਹ ਬੈਲੈਂਸ ਤੁਹਾਡੇ ਐਮਾਜ਼ਾਨ ਪੇ ਦੇ ਵਿੱਚ ਆਉਂਦਾ ਹੈ ਤਾਂ ਤੁਸੀਂ ਇਸ ਨੂੰ ਐਪ 'ਤੇ ਖਰੀਦਦਾਰੀ ਕਰਨ ਦੇ ਲਈ ਵਰਤ ਸਕਦੇ ਹੋ। ਤਾਂ ਇਸ ਨੂੰ ਤੁਸੀਂ ਸਟੋਰੇਜ 'ਤੇ ਅਤੇ ਸਕੈਨ ਕਰ ਸਕਦੇ ਹੋ ਅਤੇ ਭੁਗਤਾਨ ਕਰ ਸਕਦੇ ਹੋ ਜਾਂ ਸਿੱਧੇ ਬੈਂਕ ਦੇ ਵਿੱਚ ਵੀ ਟ੍ਰਾਂਸਫਰ ਕਰ ਸਕਦੇ ਹੋ। ਤਾਂ ਇਸ ਸੇਵਾ ਦਾ ਲਾਭ ਕਿਵੇਂ ਪ੍ਰਾਪਤ ਕਰਨਾ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਐਮਾਜ਼ਾਨ ਦੀ ਇਸ ਸੇਵਾ ਦਾ ਲਾਭ ਲੈਣ ਦੇ ਲਈ ਤੁਹਾਨੂੰ ਪਹਿਲਾਂ ਐਪ ਦੇ ਰਾਹੀਂ ਕਿਸੇ ਆਈਟਮ ਨੂੰ ਆਰਡਰ ਕਰਨਾ ਹੋਵੇਗਾ, ਪਹਿਲਾਂ ਉਹਨੂੰ ਕਿਸੇ ਚੀਜ਼ ਨੂੰ ਖਰੀਦਣਾ ਪਵੇਗਾ ਅਤੇ ਭੁਗਤਾਨ ਦੇ ਵਿੱਚ ਕੈਸ਼ ਔਨ ਡਿਲੀਵਰੀ ਦਾ ਵਿਕਲਪ ਦੇਣਾ ਹੋਏਗਾ ਤਾਂ ਜੋ ਤੁਸੀਂ ਉਹਨੂੰ ਘਰ ਬੈਠੇ ਡਿਲੀਵਰੀ ਕਰ ਸਕੋ। ਤਾਂ ਜਦੋਂ ਡਿਲੀਵਰੀ ਕਰਨ ਵਾਲਾ ਵਿਅਕਤੀ ਸਮਾਨ ਦੀ ਡਿਲੀਵਰੀ ਕਰਨ ਵਾਸਤੇ ਤੁਹਾਡੇ ਘਰ ਪਹੁੰਚਦਾ ਤਾਂ ਤੁਸੀਂ ਉਸਨੂੰ ਐਮਾਜ਼ਾਨ ਪੇ ਦੇ ਵਿੱਚ ਜਮ੍ਹਾਂ ਕਰਾਉਂਦੇ ਵਾਸਤੇ 2000 ਦੇ ਵਾਧੂ ਨੋਟ ਜਿਹੜੇ ਕਿ ਉਹ ਦੇ ਸਕਦੇ ਹੋ। ਨਕਦ ਦੇਣ ਦੇ ਥੋੜ੍ਹੇ ਸਮੇਂ ਦੇ ਅੰਦਰ ਹੀ ਬਕਾਇਆ ਤੁਹਾਡੇ ਐਮਾਜ਼ਾਨ ਪੇ ਦੇ ਵਿੱਚ ਦਿਖਾਈ ਦੇਵੇਗਾ। ਧਿਆਨ ਰੱਖੋ ਕਿ ਤੁਸੀਂ ਜੋ ਵੀ ਸਮਾਨ ਖਰੀਦ ਰਹੇ ਹੋ ਡਿਲੀਵਰੀ ਕਰਨ ਦੇ ਵਾਲਾ ਵਿਅਕਤੀ ਉਸ ਸਮਾਨ ਦੀ ਰਕਮ ਕੱਟ ਲਵੇਗਾ ਅਤੇ ਬਾਕੀ ਦੀ ਰਕਮ ਜਿਹੜੀ ਹੈਗੀ ਉਹ ਤੁਹਾਡੇ ਐਮਾਜ਼ਾਨ ਪੇ ਬੈਲੈਂਸ ਦੇ ਵਿੱਚ ਟ੍ਰਾਂਸਫਰ ਕਰ ਦੇਵੇਗਾ। ਤਾਂ ਪਹਿਲਾਂ ਤੁਹਾਨੂੰ ਚੀਜ਼ ਖਰੀਦਣੀ ਪਵੇਗੀ ਕੋਈ ਅਤੇ ਫਿਰ ਜਦੋਂ ਡਿਲੀਵਰੀ ਕਰਨ ਵਾਲਾ ਤੁਹਾਡੇ ਘਰ ਆਉਂਦਾ ਤੁਸੀਂ ਉਸ ਨੂੰ 2000 ਰੁਪਏ ਦਾ ਨੋਟ ਦੇ ਸਕਦੇ ਹੋ ਅਤੇ ਜਿੰਨੀ ਡਿਲੀਵਰੀ ਜਿੰਨੀ ਕੈਸ਼ ਹੋਵੇਗਾ ਉਸ ਆਈਟਮ ਦਾ ਉਹ ਸਾਰਾ ਕੱਟਿਆ ਜਾਵੇਗਾ ਅਤੇ ਜੋ ਬਾਕੀ ਕੈਸ਼ ਬਚੇਗਾ ਤਾਂ ਉਹ ਤੁਹਾਡੇ ਐਮਾਜ਼ਾਨ ਪੇ ਦੇ ਵਿੱਚ ਜਾ ਕੇ ਐਡ ਅਪ ਹੋ ਜਾਵੇਗਾ।